इसे आगे कर अरदास इसे आगे कर अरदास सुख दाता है भजनो इसे आगे कर अरदास इसे आगे कर सहज से
Thank you.
ਖੁਸ਼ੀਆਂ ਦਾ ਮਾਹੌਲ ਹੈ, ਕੋਈ ਗਮੀ ਦਾ ਮਾਹੌਲ ਹੈ, ਗੁਰਸਿੱਖ ਦਾ ਕੰਮ ਹੈ ਅਰਦਾਸ ਕਰਨੀ। ਔਰ ਜਦੋਂ ਅਰਦਾਸ ਹੋ ਗਈ ਤਾਂ ਸਮਝ ਲਓ ਅਸੀਂ ਜ਼ਿੰਮੇਦਾਰੀ ਗੁਰੂ ਸਾਹਿਬ ਨੂੰ ਦੇ ਦਿੱਤੀ, ਪਾਤਸ਼ਾਹ ਇਹ ਕਾਰਜ ਹੈ, ਤੂੰ ਆਪਣਾ ਸਮਝ ਕੇ ਜਿਵੇਂ ਤੈਨੂੰ ਪਾਉਂਦਾ ਉਦੋਂ ਕਰ ਲੈ। ਸੁਖ ਦਾਤਾ ਭੈ ਭੰਜਨੋ ਤਿਸ ਆਗੈ ਕਰ ਅਰਦਾਸ। ਹੋਰ ਕਿਸੇ ਕੋਲ ਨਹੀਂ ਕੀਤਾ ਲੋੜੀਏ ਕੰਮ, ਕਿਹਨੂੰ ਕਹੀਏ ਸੋ ਹਰ ਪੈ ਆਖੀਏ, ਹੋਰ ਕਿਸੇ ਨੂੰ ਨਹੀਂ ਕਹਿਣਾ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਫਿਰ ਹੋਏਗਾ ਕਿ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਉਹ ਸਾਹਿਬ ਵੀ ਆਪਣੇ ਬਿਰਦ ਪਾਣੀ ਦੀ ਲਾਜ ਰੱਖਦਾ, ਉਹ ਵੇਖਦਾ ਮੇਰੇ ਬੱਚੇ ਨੇ ਡਿਊਟੀ ਮੇਰੀ ਲਾ ਦਿੱਤੀ ਹੈ, ਹੁਣ ਮੇਰਾ ਫਰਜ਼ ਹੈ ਮੈਂ ਇਸ ਕਾਰਜ ਨੂੰ ਕਿਵੇਂ ਸੰਪੂਰਨ ਕਰਨਾ, ਇਹਨਾਂ ਖੁਸ਼ੀਆਂ ਨੂੰ ਕਿਸ ਤਰ੍ਹਾਂ ਹੋਰ ਵਧਾਉਣਾ। ਗੁਰਮੁਖ ਪਰਿਵਾਰ ਨੂੰ ਸਾਹਿਬ ਨੇ ਬੇਅੰਤ ਖੁਸ਼ੀਆਂ ਦਿੱਤੀਆਂ ਨੇ, ਗੁਰੂ ਸਾਹਿਬ ਜੀ ਦੀ ਬਾਣੀ ਦਾ ਉਠ ਆਸਰਾ ਪਰਿਵਾਰ ਨੇ ਲਿਆ ਹੈ। ਬੇਅੰਤ ਸੰਗਤਾਂ ਨੇ ਇਹਨਾਂ ਖੁਸ਼ੀਆਂ ਨੂੰ ਚਾਰ ਚਰ ਲਾਉਣ ਵਾਸਤੇ ਹਾਜ਼ਰੀਆਂ ਭਰੀਆਂ ਨੇ ਸਾਹਿਬ ਦੇ ਚਰਨਾਂ ਵਿੱਚ। ਆਓ, ਪੰਜ ਸੱਤ ਮਿੰਟ ਦਾ ਹੋਰ ਸਮਾਂ ਬਾਕੀ ਹੈ, ਕੇਵਲ ਇੱਕ ਪਾਵਨੀ ਸ਼ਬਦ ਸਾਰੀ ਸੰਗਤ ਨੇ ਅਰਦਾਸ ਬੇਨਤੀ ਸਾਹਿਬ ਦੇ ਚਰਨਾਂ ਵਿੱਚ ਕਰਨੀ, ਕਿਉਂਕਿ ਭਰੋਸਾ ਸਾਹਿਬ ਦਾ ਹੈ। ਔਰ ਜਿੰਨੇ ਵੀ ਆਪਾਂ ਕਾਰਜ ਆਰੰਭ ਕਰਦੇ ਹਾਂ, ਬੱਚਿਆਂ ਦੀ ਪਾਲਣ ਪੋਸ਼ਣ ਕਰਦੇ ਹਾਂ, ਉਹ ਸਾਡੇ ਵਾਸਤੇ ਗੱਲ ਨਹੀਂ, ਉਹ ਪਰਮਾਤਮਾ ਦਾ ਭਰੋਸਾ ਤਕੀਆ ਪਰਨਾ ਜਾਣ ਕੇ ਹੀ ਆਪਾਂ ਸਾਰੇ ਕੰਮ ਕਰਦੇ ਹਾਂ। ਸੋ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਤੂੰ ਲੈ ਚੁੱਕਿਆ ਬਾਰਕ, ਤੂੰ ਹਰ ਪਿਤਾ ਮਾਇਆ, ਹਰ ਥਾਂ ਰੱਖਿਆ ਕਰਨ ਵਾਲਾ ਸਾਹਿਬ ਤੂੰ ਹੈ। ਔਰ ਇਹਨਾਂ ਖੁਸ਼ੀਆਂ ਨੂੰ
ਦੇਣ ਵਾਲਾ ਵੀ ਤੂੰ ਹੈ ਇਹਨਾਂ ਨੂੰ ਵਧਾਉਣ ਵਾਲਾ ਵੀ ਤੂੰ ਹੈ ਸੋ ਆਓ ਸਾਰੀ ਸੰਗਤ ਨੇ ਕਿਰਪਾ ਕਰਨੀ 5-7 ਮਿੰਟ ਦਾ ਸਮਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੈ